ਹੈਲੋ ਗਾਈਸ, ਕੀ ਗੱਲ? ਆਪਾਂ ਆਏ ਸੀ ਆਪਣਾ ਚੀਜ਼ ਲੈਣ ਦੁਕਾਨ 'ਤੇ। ਇਹ ਖੰਡ ਵਾਲੇ ਫਾਟਕ ਲਾਗੇ ਖਲੋਤੇ ਹਾਂ। ਰੇਲਵੇ ਸਟੇਸ਼ਨ ਹੈਗਾ ਵਾ ਅਤੇ ਆਹ ਆਪਣਾ ਸਪਲੈਂਡਰ ਖਲੋਤਾ ਵਾ। ਆਹ ਭਾਈ ਨੂੰ ਮਿਲਣ ਆਏ ਸੀ ਆਪਾਂ। ਇੱਥੋਂ ਆਪਾਂ ਹੈਲ ਫੜੀ ਜੇ ਅਤੇ ਹੁਣ ਆਪਾਂ ਚੱਲੇ ਹਾਂ ਇਹਨਾਂ ਦੀਆਂ ਕੋਠੀਆਂ ਵੇਖਣ। ਚਲੋ ਚਲੋ ਚੱਲੀਏ, ਉੱਥੇ ਵਿਖਾਉਂਦੇ ਤੁਹਾਨੂੰ ਕੋਠੀਆਂ। ਹੁਣ ਆਪਾਂ ਤੁਰ ਪਏ ਹਾਂ ਭਾਅ ਜੀ ਉਹਨਾਂ ਨਾਲ ਅਤੇ ਅੱਗੇ ਵਿਖਾਉਂਦੇ ਤੁਹਾਨੂੰ। ਆਹ ਵੇਖੋ, ਆਪਾਂ ਜਾਣਦੇ ਹਾਂ ਕੋਠੀਆਂ ਵਿਖਾਉਣ ਤੁਹਾਨੂੰ। ਉੱਥੇ ਨਾ ਦੋ ਕੋਠੀਆਂ ਆਪਾਂ ਸਟਾਰਟ ਕੀਤੀਆਂ ਭਾਈ ਉਹਨਾਂ ਨੇ ਕੀਤੀਆਂ, ਜਿਹੜੇ ਗਾਂਹ ਜਾਣਦੇ ਨਾ ਸਕੂਟੀ 'ਤੇ, ਇਹਨਾਂ ਨੇ ਕੀਤੀਆਂ ਦੋ ਕੋਠੀਆਂ ਸਟਾਰਟ। ਆਪਾਂ ਇਸ ਟਾਈਮ ਹੈਗੇ ਹਾਂ ਖੰਡ ਵਾਲਾ, ਇਹ ਛਾੜੇ ਖੰਡ ਵਾਲੇ, ਅਤੇ ਆਪਾਂ ਜਾਣਦੇ ਆਪਣੇ ਸਪਲੈਂਡਰ 'ਤੇ। ਸ਼ਹਿਰ ਦੇ ਵਿੱਚ ਦੋ ਕੋਠੀਆਂ ਸਟਾਰਟ ਕੀਤੀਆਂ ਵਾ, ਅਦਰਵਾਈਜ਼ ਮਤਲਬ ਕਿ ਇਹ ਪ੍ਰੋਪਰਟੀ ਡੀਲਰ ਦਾ ਕੰਮ ਕਰਦੇ ਆ। ਅਤੇ ਇੱਥੋਂ ਆਪਾਂ ਚੱਲੇ ਹੁਣ, ਤੁਹਾਨੂੰ ਉੱਥੇ ਵਿਖਾਉਂਦੇ ਕੋਠੀਆਂ, ਫੇਰ ਮਿਲਦੇ ਹਾਂ। ਚਲੋ ਠੀਕ ਆ, ਉੱਥੇ ਜਾ ਕੇ ਵਿਖਾਉਂਦੇ ਤੁਹਾਨੂੰ। ਓਕੇ, ਆਪਾਂ ਪਹੁੰਚ ਗਏ ਹੁਣ ਆਪਣਾ ਕੋਠੀਆਂ ਲਾਗੇ। ਆਹ ਕਲੋਨੀ ਹੈਗੀ ਆ, ਤੁਸੀਂ ਅਦਰਵਾਈਜ਼ ਕਲੋਨੀ ਚੈੱਕ ਕਰੋ, ਫਿਰ ਤੁਹਾਨੂੰ ਵਿਖਾਉਂਦੇ ਹਾਂ ਆਪਾਂ ਜਿੱਥੇ ਕੱਪੜੀਆਂ ਕੋਠੀਆਂ ਬਣਾਈਆਂ ਆਪਾਂ। ਆ ਰਿਹਾ ਕਲੋਨੀਆਂ 'ਚ ਮਈ ਸੜਕਾਂ ਸੁੜਕਾਂ, ਜਿੱਦਾਂ ਆਰ ਸੀ ਸੀ ਹੋ ਗਈ, ਟਾਇਲ ਹੋ ਗਈ, ਉਹ ਸਾਰਾ ਕੰਮ ਆਪਾਂ ਆਪ ਹੀ ਕਰੀਦਾ ਵਾ। ਆਪਾਂ ਟਾਇਲ ਮੈਂ ਨਵੀਂ ਲਾਈ ਸੀ ਆ ਕਲੋਨੀ 'ਚ। ਸਾਹਮਣੇ ਆਪਣੀਆਂ ਦੋ ਕੋਠੀਆਂ ਤਿਆਰ ਹੁੰਦੀਆਂ ਵਾ। ਆਹ ਵੇਖੋ, ਆਹ ਦੋ ਕੋਠੀਆਂ ਤਿਆਰ ਹੁੰਦੀਆਂ ਆਪਣੀਆਂ, ਅਤੇ ਇਹ ਆਪਾਂ ਵੇਚਣੀਆਂ ਥੋੜ੍ਹੇ ਕੁ ਦਿਨਾਂ 'ਚ। ਪਿੱਛੇ ਬਿਲਡਿੰਗ ਬਣੀ ਆ, ਬੜੇ ਚਿਰ ਦੀ ਬਣੀ ਇਹਨੂੰ, ਇਹ ਮੈਂ ਉਦੋਂ ਨਿਕਲ ਜਿਹਾ ਹੁੰਦਾ ਸੀ ਉਦੋਂ ਦੀ ਬਣੀ ਆ। ਆਪਾਂ ਜੀ ਰੇਤਾ ਲੈ ਕੇ ਆਏ, ਰੇਤਾ ਲਾਉਣ ਦੇ ਸੀਮੈਂਟ ਉੱਥੇ ਪਈ। ਵੇਖੋ ਮਿਸਤਰੀ ਲੱਗੇ ਆਪਣੇ ਚਿਨਾਈ ਕਰਾਉਂਦੇ ਆ। ਦੋ ਕੋਠੀਆਂ ਇੱਧਰ ਆ, ਦੋ ਕੋਠੀਆਂ ਇੱਧਰ ਆ। ਬਾਕੀ ਅੰਦਰੋਂ ਵਿਖਾਉਂਦੇ ਤੁਹਾਨੂੰ ਕੀ ਇਹ ਆ ਗਈ ਆਪਣੀ ਓਪਨ ਰਸੋਈ, ਅਤੇ ਇਹ ਲੋਬੀ ਆਪਣੀ, ਅਤੇ ਇਹ ਡਰਾਇੰਗ ਡਰਾਇੰਗ ਰੂਮ ਆ ਗਿਆ, ਇਹ ਬਾਥਰੂਮ ਆ ਗਿਆ ਅਟੈਚ, ਇਹ ਆਪਣਾ ਰੂਮ, ਇੱਕ ਰੂਮ ਆ ਹੈਗਾ, ਇੱਕ ਉਹ ਪਿੱਛੇ ਬਾਥਰੂਮ ਆ। ਇੱਦਾਂ ਹੀ ਸੇਮ ਹੀ ਆਪਣਾ ਦੂਜੀ ਜਿੱਥੇ ਆਪਣਾ ਆਹ ਜਿਹੜੇ ਮਿਸਤਰੀ ਲੱਗੇ ਆ, ਸੇਮ ਹੀ ਲੋਕੇਸ਼ਨ ਆ, ਸੇਮ ਹੀ ਇੱਦਾਂ ਬਣਾਉਣੀ ਆਪਾਂ। ਬਾਕੀ ਆਪਣੇ ਸਾਹਮਣੇ ਦੋ ਕੋਠੀਆਂ, ਇੱਕ ਉਹ ਕੋਠੀ ਤਿਆਰ ਹੁੰਦੀ ਆ, ਇੱਕ ਆ ਨਾਲ ਦੀ ਹੁੰਦੀ ਆ। ਚਲੋ ਠੀਕ ਆ ਗਾਈਸ,
ਫਿਰ ਮਿਲਦੇ ਹਾਂ ਆਪਣਾ ਨੈਕਸਟ ਬਲੌਗ 'ਚ, ਅਤੇ ਆਪਣੇ ਬਲੌਗ ਨੂੰ ਪਿਆਰ ਦਿਓ ਅਤੇ ਵੱਧ ਤੋਂ ਵੱਧ ਲਾਈਕ ਐਂਡ ਸਬਸਕ੍ਰਾਈਬ ਕਰਿਓ। ਓਕੇ ਗਾਈਸ, ਮਿਲਦੇ ਹਾਂ ਨੈਕਸਟ ਬਲੌਗ 'ਚ।